ਗੁਰੈਹ ਪੁਲਿਸ ਥਾਣੇ ਦੀ ਬੈਕਸਾਈਡ 'ਤੇ ਸਥਿਤ ਇੱਕ ਧਾਰਮਿਕ ਅਸਥਾਨ 'ਤੇ ਚੋਰਾਂ ਨੇ ਮੁੜ ਤੋਂ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਰ ਧਾਰਮਿਕ ਅਸਥਾਨ ਤੋਂ ਨਕਦੀ, ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਪਿੱਤਲ ਦੇ ਭਾਂਡੇ ਚੋਰੀ ਕਰਕੇ ਫਰਾਰ ਹੋ ਗਏ। ਇੱਥੇ ਦੱਸ ਦਈਏ ਕਿ ਮੰਦਰ ਪ੍ਰਬੰਧਕ ਇਸ ਚੋਰੀ ਨੂੰ ਬੇਅਦਬੀ ਵੀ ਦੱਸ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੈਹ ਦੇ ਪਿੰਡ ਅੱਟਾ ਦੇ ਮਹਾਂਦੇਵ ਨੀਲਕੰਠ ਮੰਦਰ ਦੇ ਮੁੱਖ ਸੇਵਾਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਤੜਕੇ 4:30 ਦੇ ਕਰੀਬ ਮੰਦਰ ਖੋਲ੍ਹਣ ਲਈ ਪਿੰਡ ਆਏ ਸਨ ਅਤੇ ਜਦੋਂ ਉਹਨਾਂ ਨੇ ਮੇਨ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਅੰਦਰ ਮਾਤਾ ਰਾਣੀ ਦੇ ਮੰਦਰ ਦਿਆਂ ਲੋਹੇ ਦਾ ਗੇਟ ਟੁੱਟਿਆ ਹੋਇਆ ਸੀ, ਜਿਸ ਦੇ ਗੱਲੇ ਵੀ ਤੋੜੇ ਹੋਏ ਸਨ। ਉਹਨਾਂ ਦੱਸਿਆ ਕਿ ਮੰਦਰ ਵਿੱਚ ਜੋ ਨੌਜਵਾਨ ਰਹਿੰਦਾ ਹੈ ਉਸ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਾਇਆ ਹੋਇਆ ਸੀ। ਉਹਨਾਂ ਕਿਹਾ ਕਿ ਚੋਰ ਮੰਦਰ ਵਿੱਚੋਂ 35,000 ਰੁਪਏ ਦੀ ਨਕਦੀ, ਜੋ ਕਿ ਇਸ ਮਹੀਨੇ ਹੋਣ ਵਾਲੇ ਜਾਗਰਣ ਲਈ ਇਕੱਠੀ ਕੀਤੀ ਸੀ, ਉਹ ਗਾਇਬ ਸੀ। ਜਦਕਿ ਚੋਰ ਇਸ ਤੋਂ ਇਲਾਵਾ ਮਾਤਾ ਰਾਣੀ ਦੇ ਪਾਇਆ ਹੋਇਆ ਚਾਂਦੀ ਦਾ ਹਾਰ, ਪੰਜੇਬਾਂ ਅਤੇ ਪਿੱਤਲ ਦੇ ਭਾਂਡੇ ਵੀ ਲੈ ਗਏ, ਜਿਸ ਬਾਰੇ ਗੁਰੈਹ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸ਼੍ਰੀ ਨਵ ਦੁਰਗਾ ਵੈਲਫੇਅਰ ਧਰਮਸ਼ਾਲਾ ਸੁਸਾਇਟੀ ਰਜਿਸਟਰ ਨੀਲਕੰਠ ਮਾਸ ਦੇ ਮੰਦਰ ਪਿੰਡ ਅੱਟਾ, ਇੱਥੇ ਹੀ ਸਾਡੇ ਆ ਕੇ ਮੰਦਰ ਦੇ ਵਿੱਚ ਚੋਰੀ ਕਰ ਗਏ ਆ, ਜਿੰਦੇ ਭਾਂਸੇ ਆ। ਦੁਰਗਾ ਮਾਈ ਦੇ ਮੰਦਰ ਦੇ ਵਿੱਚ ਨੋਟਾਂ ਦਾ ਹਾਰ ਗਲੇ 'ਚ ਲਾ ਕੇ ਲੈ ਗਏ, ਫਿਰ ਵਿੱਚ ਉਹ ਮੋਹਰੇ ਜਗਰਾਤਾ ਸਾਡੇ 28 ਤਰੀਕ 9ਵੇਂ ਮਹੀਨੇ ਦਾ, ਉਹਦਾ ਸੀਗਾ 35,000 ਰੁਪਇਆ ਪਿਆ, ਉਹ ਚੱਕ ਕੇ ਲੈ ਗਏ। ਫਿਰ ਮਹਾਮਾਈ ਦੀਆਂ ਪੈਰਾਂ ਦੀਆਂ ਪੰਜੇਬਾਂ ਸੀਗੀਆਂ, ਗਲੇ ਦੇ ਸੀਗਾ ਚਾਂਦੀ ਦਾ, ਉਹ ਵੀ ਲੈ ਗਏ ਅੰਦਰੋਂ ਚੱਕ ਕੇ। ਫਿਰ ਗਲੇ ਦੇ ਵਿੱਚੋਂ ਨਕਦੀ ਸੀਗੀ, ਉਹ ਵੀ ਕੱਢ ਕੇ ਲੈ ਗਏ। ਉੱਪਰ ਸਾਡੇ ਇੱਕ ਬਣਿਆ ਹੋਇਆ ਗੁੰਮਟ, ਉਹਦੇ ਵਿੱਚੋਂ ਪਿੱਤਲ ਦੇ ਭਾਂਡੇ ਲੈ ਗਏ ਆ, ਸਾਡੇ ਸਟੀਲ ਦੇ ਭਾਂਡੇ, ਕੱਚ ਦੇ ਭਾਂਡੇ ਪਏ ਆ, ਪਿੱਤਲ ਦੇ ਭਾਂਡੇ ਦੇ ਉਹ ਕਹੇ ਦੇ ਹੁੰਦੇ ਆ, ਉਹ ਲੈ ਗਏ ਚੱਕ ਕੇ। ਕਿੰਨੇ ਕੁ ਵਜੇ ਦੀ ਵਾਰਦਾਤ ਹੈ ਮੰਦਰ ਦੇ ਵਿੱਚ? ਕੋਈ ਸੇਵਾਦਾਰ ਜਾਂ ਕੋਈ ਇੱਥੇ? ਹਾਂਜੀ, ਮੁੰਡਾ ਇੱਕ ਸੌਂਦਾ ਇੱਥੇ, ਰੋਹਿਤ, ਉਹ ਅੰਦਰ ਸੀਗਾ ਮੰਦਰ? ਹਾਂਜੀ, ਉਹ ਅੰਦਰ ਕਮਰੇ ਵਿੱਚ ਸੀਗਾ ਆਪਣੇ ਸਾਹਮਣੇ। ਕਹਿੰਦਾ ਇਹਦਾ, ਫਿਰ ਮੈਨੂੰ ਫੋਨ ਆਇਆ, ਕਹਿੰਦਾ ਭਾਅ ਜੀ ਮੇਰਾ ਬਾਹਰੋਂ ਕੁੰਡਾ ਲਾ ਕੇ ਗਿਆ ਕੋਈ, ਫਿਰ ਮੈਂ ਟੱਪ ਕੇ ਆਇਆ, ਆ ਕੇ ਜਦ ਮੈਂ ਕੁੰਡਾ ਖੋਲ੍ਹਿਆ, ਖੋਲ੍ਹ ਕੇ ਜਦ ਮੰਦਰ ਵੱਲ ਆਇਆ ਇੱਧਰ ਲਾਈਟਾਂ ਜਗਾਈਆਂ ਅਤੇ ਇੱਧਰ ਸਾਰਾ ਕੁਛ ਆਹ ਕੀਤਾ ਹੋਇਆ। ਇੱਦਾਂ ਹੀ ਉੱਪਰ ਗੁੰਮਟ ਦਾ ਲੋਕ ਤੋੜਿਆ ਹੋਇਆ, ਪਿਛਲੇ ਪਾਸੇ ਵੀ ਕਿਰਾਏਦਾਰ ਰਹਿੰਦੇ ਆ, ਉਹ ਪਿੱਛੇ ਮੰਜੇ 'ਤੇ ਪਿਆ ਸੀਗਾ, ਉਹ ਵੀ ਫਰਾਟਾ ਚੱਲਦਾ ਸੀਗਾ, ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਾ ਜਿੰਦਾ, ਉੱਪਰਲਾ ਵੀ ਜਿੰਦਾ ਭੰਨਿਆ ਉਹਨਾਂ ਨੇ। ਹਾਂਜੀ, ਮਤਲਬ ਭੇਤੀ ਦਾ ਕੰਮ ਲੱਗਦਾ, ਕਿਉਂਕਿ ਉੱਪਰ ਜਾਣ ਨੂੰ ਕੋਈ ਰਾਸਤਾ ਹੈ ਨੀਗਾ, ਨਾ ਕਿਸੇ ਨੂੰ ਪਤਾ ਲੱਗਦਾ ਕਿ ਉੱਪਰ ਸਮਾਨ। ਮੈਨੂੰ ਤਾਂ ਇਹ ਵੀ ਲੱਗਦਾ ਜੀ, ਮੈਂ ਪਿੱਛੇ ਹੈ ਨਾ ਕੈਮਰਾ ਉਹਨੇ ਉੱਥੇ ਲਾਇਆ ਅਤੇ ਅੰਦਰ ਹੀ ਤਾਰ ਲਿਆ ਕੇ ਇੱਥੇ ਮੰਦਰ 'ਚ ਲਾਈ ਸੀਗੀ ਉਹਦੀ ਕੈਮਰੇ ਦੀ, ਅਤੇ ਲਾ ਕੇ ਅਤੇ ਅਸੀਂ ਜਦੋਂ ਦੇਖਿਆ ਉਹ ਪਲੇਟਾਂ ਚੱਕ ਕੇ ਇੱਧਰੋਂ ਆਉਂਦਾ ਪਿਆ ਸੀਗਾ ਸਾਹਮਣੇ ਇੱਧਰ ਢੇਰਾਂ ਦੇ ਕੋਲ, ਅਤੇ ਇੱਥੇ ਅਸੀਂ ਫੜ ਲਿਆ ਉਹਨੂੰ, ਕੀ ਪਤਾ ਉਹ ਨਾ ਹੋਵੇ ਬੰਦਾ। ਅਤੇ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ? ਹਾਂਜੀ, ਉਹ ਮੌਕਾ ਦੇਖ ਕੇ ਗਏ ਆ, ਹੁਣ ਕਹਿ ਕੇ ਗਏ ਆ ਕਿ ਉੱਥੇ ਆ ਕੇ ਦਰਖਾਸਤ ਦੇ ਦਿਓ। ਬੇਅਦਬੀ ਦੇਖੋ ਜੀ, ਮਹਾਮਾਈ ਦਾ ਬਿਸਤਰ ਦਾ ਦੇਖ ਲਓ ਤੁਸੀਂ ਕਿੱਦਾਂ ਕੀਤਾ ਹੋਇਆ, ਗਲੇ ਦੇ ਵਿੱਚੋਂ ਜਿਹੜਾ ਹਾਰ ਲਾ ਕੇ ਲਗਾਏ ਆ ਉਹ ਬੇਅਦਬੀ ਨਹੀਂ ਸੀ, ਕੀ ਆ ਪੈਰਾਂ ਦੀਆਂ ਪੰਜੇਬਾਂ ਤੱਕ ਉਹ ਗਲੇ ਦੇ ਵਿੱਚੋਂ, ਉਹ ਬੇਅਦਬੀ ਹੋ ਗਈ ਇੱਕ ਕਿਸਮ ਦੀ, ਹੋਰ ਕੀ ਕਹਿ ਸਕਦੇ ਹੋ। ਜੋਤ ਵੀ, ਹਾਂਜੀ, ਉਹ ਦੇਖੋ ਸਾਲੀ ਦੇ ਵਿੱਚੋਂ ਉਹ ਬੈੱਡ ਦੇ ਉੱਪਰ ਟੁੱਟੀ ਹੋਈ ਆ, ਘੰਟੀਆਂ ਇੱਧਰ ਪਈਆਂ, ਪਰ ਇੱਕ ਇਹ ਨਹੀਂ ਸਮਝ ਲੱਗਦੀ, ਉਹ ਸਾਹਮਣੇ ਵੀ ਤਾਂਬੇ ਦੀ ਗੜਵੀ ਪਈ ਆ, ਉਹ ਪਿੱਤਲ ਦੀ ਘੰਟੀ ਆ, ਉਹ ਨਹੀਂ ਲਗਾਏ। ਹੁਣ ਕੀ ਮੰਗ ਕੀ ਕਰਦੇ? ਮੰਗ ਇਹੀ ਕਰਦੇ ਹਾਂ ਜੀ, ਚੋਰਾਂ ਨੂੰ ਫੜਿਆ ਜਾਵੇ, ਹੋਰ ਕੀ ਕਰ ਸਕਦੇ ਹਾਂ।